ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਰੀਡਰ 4ਏ 2020 ਐਡੀਸ਼ਨ ਲੈਸਨ 8 which ਤੁਹਾਨੂੰ ਜੀ ਆਇਆਂ ਨੂੰ ਅੱਜ ਦਾ ਲੈਸਨ ਇੰਟਰਸਟਿੰਗ ਲੈਸਨ ਹੈ ਤੁਸੀਂ ਬਹੁਤ ਸੁਨਿਆ ਹੋਏਗਾ ਨਾਮ ਜਪਣਾ ਅਸੀਂ ਸਿੱਖੀ ਵਿੱਚ ਕਹਿੰਦੇ ਆ ਨਾਮ ਜਪੋ ਕਿਰਤ ਕਰੋ ਵੰਡ ਛਕੋ ਰਾਈਟ what is ਨਾਮ ਜਪਣਾ so ਅੱਜ ਅਸੀਂ ਸਿੱਖਾਂਗੇ ਨਾਮ ਜਪਣਾ ਕੀ ਹੁੰਦਾ ਹੈ ਤੇ ਨਾਮ ਜਪਣ ਦਾ ਤਰੀਕਾ ਕੀ ਹੈ ਇਹਦੇ ਵਿੱਚ ਇੱਕ ਅਸੀਂ ਨਵੀਂ ਸਕਿੱਲ ਸਿੱਖ ਰਿਹਾ ਫਾਲੋਇੰਗ ਡਾਇਰੈਕਸ਼ਨਸ or giving commands or directions, okay? You will use these words in this lesson. These words are jad. Some people say jadon, but I'm using easier word. Jad means when, ta means then, ave means comes, jave means goes, bolo means say, Under in, sokha, easy, istra, like this, bas, only, come, actions, bahar, out. these are easy words you probably already know that okay now this is the lesson so let's listen to me first then you will read it yourself assi sare har roz janta sunde ha ke ki karna hai ate jaa kise nu dasde ha ke oh ki karan kise nu kuch karan layi kehna ik khas bolan da tarika hai is tarike nu english vich assi ਕਮਾਂਡ ਕਹਿੰਦੇ ਹਨ ਅਤੇ ਪੰਜਾਬੀ ਵਿੱਚ ਹੁਕਮ ਕਮਾਂਡ ਦੇਣ ਲਈ ਕੁਝ ਖਾਸ ਸ਼ਬਦ ਇੰਪੈਰੀਟਿਵ ਵਰਡਸ ਵਰਤੇ ਜਾਂਦੇ ਹਨ ਨਾਮ ਜਪਣ ਦਾ ਤਰੀਕਾ ਸਿੱਖ ਰੱਬ ਜਾਂ ਵਾਹਿਗੁਰੂ ਦਾ ਨਾਮ ਪਿਆਰ ਨਾਲ ਜਪਦੇ ਹਨ ਉਹ ਕਹਿੰਦੇ ਹਨ ਕਿ ਰੱਬ ਦਾ ਨਾਮ ਜਪਣਾ ਬਹੁਤ ਸੌਖਾ ਹੈ ਐਂਡ ਥੀਜ਼ ਆਰ ਦਾ ਸਟੈਪਸ ਜਦ ਸਾਹ ਅੰਦਰ ਜਾਵੇ ਤਾਂ ਬੋਲੋ ਵਾਹਿ ਜਦ ਸਾਹ ਬਾਹਰ ਆਵੇ ਤਾਂ ਬੋਲੋ ਗੁਰੂ ਹਰ ਸਾਹ ਨਾਲ ਬੋਲੋ ਵਾਹਿ ਗੁਰੂ ਬਸ ਇਸ ਤਰਾਹੀ ਰੱਬ ਦਾ ਨਾਮ ਜਪਣਾ ਹੈ ਐਂਡ देयर आर ਟੋਟਲ 117 ਵਰਡਸ ਹੇਅਰ ਇਫ ਯੂ ਰੀਡ 40 ਵਰਡਸ ਪਰ ਮਿੰਟ ਲਾਈਕ ਯੂ ਆਰ ਸੁਪੋਜ਼ ਟੂ ਰੀਡ ਔਨ ਲੈਵਲ 4 You yes, will read this paragraph in less than three minutes. Amazing, right? OK. So these are the directions that we gave. Um, notice that when we give commands, we say O oh, at the end. OK. All these words have below. Right. Activity. Memorize these steps. Now give directions for Nam Japu to a friend. Okay, you can do it in your class. You can do it at home. Give directions to your mother, father, grandmother, grandfather, or your brother or sister. Command deni, giving commands. When would you hear or give this command? So here are some commands. We use formal and informal ways of speaking. Formal commands end in o sound. read the informal and formal sound so here is informal command and you tell me where will you hear it suna kaka paat suna who would say this to you maybe ghar de vich mummy keh sakde ne daddy keh sakde ne dadi nanani right dada ji nana ji anybody ya school de vich uh, punjabi school de vich toanu tode teacher keh sakde ne okay? kha aa seb kha kon keh sakda hai toanu probably mummy ਪੜ੍ਹ ਲਈ ਡੈਡੀ ਪੜ ਆ ਜਾ ਪਾਠ ਪੜ੍ਹ ਰਾਈਟ ਕੌਣ ਕਹੇਗਾ ਤੁਹਾਨੂੰ ਟੀਚਰ ਵੀ ਕਹਿ ਸਕਦੇ ਨੇ ਘਰ ਦੇ ਵਿੱਚ ਕੋਈ ਵੀ ਕਹਿ ਸਕਦਾ ਲਿਖ ਦੋ ਵਾਕ ਲਿਖ ਮੈਂ ਵੀ ਤੁਹਾਨੂੰ ਕਹਿ ਸਕਦੀ ਆ ਦੋ ਵਾਕ ਲਿਖ ਪਰ ਮੈਂ ਕਹਾਂਗੀ ਨਹੀਂ ਮੈਂ ਤੁਹਾਨੂੰ ਕਹਾਂਗੀ ਲਿਖੋ ਦੋ ਵਾਕ ਲਿਖੋ ਮੈਂ ਪੋਲਾਈਟਲੀ ਬੋਲਾਂਗੀ ਤੁਹਾਡੇ ਨਾਲ ਲਿਆ ਜਾ ਪਾਣੀ ਲਿਆ ਕੌਣ ਕਹੇਗਾ ਡੈਡੀ ਮੇਂ ਵੀ ਜਦੋਂ ਕੰਮ ਤੋਂ ਵਾਪਸ ਆਂਦੇ ਨੇ ਰਾਈਟ ਆ ਇਥੇ ਆ ਐਨੀਬਾਡੀ ਕੈਨ ਸੇ ਥੈਟ ਟੂ ਯੂ ਸਿੱਖ ਆ ਪੰਜਾਬੀ ਸਿੱਖ ਠੀਕ ਹੈ ਮੈਂ ਕਹਿ ਸਕਦੀ ਆ ਪਰ ਮੈਂ ਕਹਾਂਗੀ ਨਹੀਂ ਮੈਂ ਤੁਹਾਨੂੰ ਕਹਾਂਗੀ ਸਿੱਖੋ ਆਓ ਪੰਜਾਬੀ ਸਿੱਖੋ ਸੋ ਥਿਸ ਇਜ਼ 4 ਫਾਰਮਲ ਕਮਾਂਡ ਜਾਂ ਪਿਆਰ ਨਾਲ ਬੋਲਣ ਦਾ ਤਰੀਕਾ ਜਾਂ ਇੱਜ਼ਤ ਨਾਲ ਬੋਲਣ ਦਾ ਤਰੀਕਾ ਠੀਕ ਹੈ ਸੁਣਾਓ ਦਾਦੀ ਜੀ ਸਾਕੀ ਸੁਣਾਓ ਇਹ ਕੌਣ ਕਹਿ ਸਕਦਾ ਤੁਸੀਂ ਕਹਿ ਸਕਦੇ ਹੋ ਆਪਣੀ ਗ੍ਰੈਂਡਮਾਂ ਨੂੰ ਰਾਈਟ ਖਾਓ ਆਓ ਜੀ ਸੇਵ ਖਾਓ ਜਦੋਂ ਤੁਹਾਡੇ ਕੋਲ ਕੋਈ ਗੈਸਟ ਆਂਦਾ ਹੈ ਤੁਹਾਡੇ ਘਰ ਦੇ ਵਿੱਚ ਤੁਸੀਂ ਇਹ ਕਹਿ ਸਕਦੇ ਹੋ ਆਓ ਜੀ ਸੇਵ ਖਾਓ ਪੜੋ ਚਲੋ ਪਾਠ ਪੜੋ ਇਹ ਟੀਚਰ ਵੀ ਕਹਿ ਸਕਦੇ ਨੇ ਅਮ ਤੁਹਾਡੇ ਮੰਮੀ ਪਾਪਾ ਵੀ ਕਹਿ ਸਕਦੇ ਨੇ ਦਾਦੀ ਨਾਨੀ ਮੰਮਾ ਵੀ ਕਹਿ ਸਕਦੇ ਨੇ ਠੀਕ ਹੈ ਲਿਖੋ ਦੋ ਵਾਕ ਲਿਖੋ ਮੈਂ ਕਹਿ ਸਕਦੀ ਆ ਲਿਆਓ ਜਾਓ ਪਾਣੀ ਲਿਆਓ ਤੁਹਾਨੂੰ ਘਰ ਦੇ ਵਿੱਚ ਕੋਈ ਕਹਿ ਸਕਦਾ ਆਓ ਇੱਥੇ ਆਓ ਟੀਚਰ ਕਹਿ ਸਕਦੇ ਨੇ ਸਿੱਖੋ ਆਓ ਪੰਜਾਬੀ ਸਿੱਖੋ ਮੈਂ ਤੁਹਾਨੂੰ ਕਹਿ ਸਕਦੀ ਹਾਂ ਠੀਕ ਹੈ ਈਜ਼ੀ ਸੀ ਹੁਣ ਮੰਡੇ ਹੋਮਵਰਕ ਕੀ ਕਰੋਗੇ ਐ ਕਮਾਂਡ ਸਿੱਖੋਗੇ ਇਹਨਾਂ ਦੇ ਮਤਲਬ ਸਿੱਖੋਗੇ ਤੇ ਇਹਨਾਂ ਨੂੰ ਇੱਥੇ ਕਾਪੀ ਕਰੋਗੇ ਇਹ ਪੰਜਾਬੀ ਦੇ ਸਾਰੇ ਸ਼ਬਦ ਹਨ ਠੀਕ ਹੈ ਤੇ ਕਮਾਂਡਸ ਕਿੰਨੇ ਜਾ ਕਰ ਪੀ ਆ ਬੋਲ ਚੱਲ ਸੁਣ ਜਾਓ ਕਰੋ ਪਿਓ ਆਓ ਬੋਲੋ ਚਲੋ ਤੇ ਸੁਣੋ ਇਹ ਫਾਰਮਲ ਤੇ ਇਹ ਇਨਫਾਰਮਲ ਟਿਊਸਡੇ ਹੋਮਵਰਕ ਕੀ ਕਰੋਗੇ ਵਾਟ ਫਾਰਮਲ ਐਂਡ ਇਨਫਾਰਮਲ ਕਮਾਂਡਸ ਡੂ ਯੂ ਹੀਅਰ ਐਟ ਹੋਮ ਡੂ ਯੂ ਗਿਵ ਐਨੀ ਕਮਾਂਡਸ ਟੂ ਐਨੀਬਾਡੀ ਸੋ ਜਿਹੜੀਆਂ ਤੁਸੀਂ ਕਮਾਂਡਸ ਦਿੰਦੇ ਹੋ ਆਪਣੇ ਘਰ ਦੇ ਵਿੱਚ ਜਿਹੜੀਆਂ ਤੁਸੀਂ ਸੁਣਦੇ ਹੋ ਜਿੰਨੀਆਂ ਵੀ ਤੁਸੀਂ ਤੁਹਾਨੂੰ ਖਿਆਲ ਆਉਂਦਾ ਤੁਸੀਂ ਇੱਥੇ ਲਿਖੋਗੇ ਜ਼ਰੂਰੀ ਨਹੀਂ ਸਾਰੀਆਂ ਲਿਖਣੀਆਂ ਜਿੰਨੀਆਂ ਵੀ ਲਿਖ ਸਕਦੇ ਹੋ 3 4 5 6 ਐਨੀ ਠੀਕ ਹੈ ਵੈਨਸਡੇ ਹੋਮਵਰਕ ਸਟਾਰਟ ਦਾ ਟਾਈਮਰ And read the page. Uh, how many minutes did you take? Oh, you're reading, not writing. Tuesday homework. Copy the nam jopu steps in your best handwriting. and these are the three steps and fourth line. So that's your lesson for today, easy peasy. And I hope you learn to read fluently and you will write better. And I will see you in the next lesson. Until then, Ka khalsa, Ki